ਪ੍ਰੀਤ ਬਾਹਰ ਆ ਗਿਆ ਭਾਜੀ ਆਇਆ ਵਾ दीदी फिर मैं रहने मैं कल होना जाके किन्ने दिन हो गए मेरा गौरव मेनू बड़ा जी कंड झुंड जाने लाते रहे फिर टाइम ही लगा मैं चल होना अज आके ये भी याद करता वा बड़ा के हाँ एक दिन कह दिया मैं जाना वे पापा को अच्छा अच्छा मैं चल तेन छद आऊंगी किस दिन चल मैं जा भी आ गया के हाँ बैठा मैं पानी लिया चल चौबी घंटे घरों कढ़न भी करदी भी निकल जावे कुड़ी घरों तुहानूं दुख दियां रोटियां कुड़ी दियां होर लागे झोने झोने हाँ जी लागे भाजी बाहम देंदी ही तो लाती कल निबड़ गया काम भैन जी ने आना ही नाल कल्ले आ गए भैन जी नूं फिर तुहानूं पता इस बारे दा ते मैं रहण तां मैं चल मैं कल्ला होना चलो हाँ जी ओ मेरा ते गौरव मैनूं बड़े दिन जी कर डिया सी पर कम दा करके निकल गया भाजी पिछों भाजी चल वधिया हो गया आगे मिलन ओ वी के याद करदा है तुहानूं वेख चोबन मैं कदी वीर जी सोचिया नहीं सी कि प्रीत इत्थे आ के रहूगी जे इहो जिहा मौका वीर जी आ ही गया वा ਇਹ ਨਾ ਸੋਚਿਓ ਵੀ ਭਾਰ ਘਟਦੇ ਸਾਰਾ ਮੈਂ ਛੁੱਟਤਾ ਵਾ ਅਸੀਂ ਤੁਹਾਡੇ ਨਾਲ ਹਾਂ ਪੈਸੇ ਤਲੀ ਕਿਤੇ ਵੀ ਲੋੜ ਨਹੀਂ ਵੀਰ ਜੀ ਅਤੇ ਭੇਜੇ ਸੀ ਕਿ ਮੰਗ ਲੇ ਮੰਗ ਲਿਆ ਕਰੋ ਅਤੇ ਰਹੀ ਗੱਲ ਠੇਕੇ ਵੀਰ ਜੀ ਉਹ ਟਾਈਮ ਸਿਰ ਪਹੁੰਚ ਜਾ ਕਰੂਗਾ ਲੈ ਮੈਂ ਤਾਂ ਆਖਿਆ ਲੈਣ ਆਇਆ ਵਾ ਇਹ ਤਾਂ ਠੇਕੇ ਹਿੱਸਾਂ ਦੀ ਗੱਲਾਂ ਕਰਨ ਡਿਆ ਵਾ ਇਹ 'ਚ ਕੋਈ ਤੇਰੀ ਫਰਮਾਇਸ਼ ਆ ਉਹ ਤਾਂ ਅਸੀਂ ਲੈ ਹੀ ਲੈਣਾ ਵਾ ਮੁੰਡੇ ਦਾ ਹਿੱਸਾ ਵਾ ਅਤੇ ਜ਼ਰੂਰੀ ਨਹੀਂ ਆ ਭਾਅ ਜੀ ਕਿ ਠੇਕਾ ਹੀ ਦੇਣਾ ਪ੍ਰੀਤ ਨੂੰ ਸਾਡੀ ਜ਼ਿੰਮੇਵਾਰੀ ਆ ਸਾਡੇ ਭਰਾ ਦੀ ਹੰਸਾ ਵਾ ਅਤੇ ਪਰਮਜੀਤ ਭਾਅ ਜੀ ਇਹ ਗੱਲ ਨਹੀਂ ਸਮਝਦੀ ਪਰ ਉਹ ਗੱਲ ਅਲੱਗ ਵਾ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਰਹੂੰਗਾ ਕੋਈ ਗੱਲ ਨਹੀਂ ਵੀਰ ਜੀ ਮੈਨੂੰ ਤੁਹਾਡੇ 'ਤੇ ਪੂਰਾ ਮਾਣ ਰਹੀ ਗੱਲ ਜਨਾਨੀਆਂ ਦੀ ਜੇ ਨਹੀਂ ਬਣੀ ਆਪਸ ਤਾਂ ਕੋਈ ਗੱਲ ਨਹੀਂ ਆ ਗਈ ਹੈ ਵੀ ਉਹਦਾ ਹੀ ਘਰ ਵਾ ਬਾਕੀ ਰਹੀ ਗੱਲ ਖਰਚੇ ਦੀ ਤਾਂ ਇਹ ਵੀ ਉਹਦਾ ਹੀ ਘਰ ਆ ਜਿੱਥੇ ਇੰਨੇ ਖਰਚੇ ਹੁੰਦੇ ਆ ਉਹਦੇ ਨਾਲ ਹੀ ਖਰਚੇ ਕਰ ਹੀ ਲੈਣੇ ਆ ਮੁੰਡਾ ਪੜ੍ਹਦਾ ਕੋਈ ਗੱਲ ਨਹੀਂ ਮੈਂ ਹੋਇਆ ਸਕੂਲ 'ਚ ਅਤੇ ਰਹੀ ਗੱਲ ਉਹਦੀ ਹਿੱਸੇ ਦੀ ਉਹ ਭਾਈ ਤੁਸੀਂ ਆਪਣੀ ਪ੍ਰੀਤ ਨਾਲ ਗੱਲ ਕਰ ਲਿਓ ਕੀ ਹਿਸਾਬ ਤਾ ਤੁਹਾਡਾ ਮੇਰਾ ਇਹ ਗੱਲ 'ਚ ਕੋਈ ਲੇਖਾ ਦੇਖਾ ਨਹੀਂ ਆ ਲੈ ਆ ਗਈ ਪ੍ਰੀਤ ਪ੍ਰੀਤ ਜੋਬਨ ਨੂੰ ਮੈਂ ਦੱਸਤਾ ਜੀ ਵੀ ਠੇਕਾ ਤਾਂ ਟਾਈਮ ਸਿਰ ਪਹੁੰਚ ਜਾ ਕਰੂਗਾ ਬਾਕੀ ਕੋਈ ਵੀ ਕਿਸੇ ਖਰਚੇ ਲੋੜ ਹੁੰਦੀ ਤਾਂ ਬੇਝਿਜਕ ਤੂੰ ਦੱਸ ਦਿਆ ਕਰ ਸਾਨੂੰ ਕੋਈ ਗੱਲ ਨਹੀਂ ਭਾਅ ਜੀ ਪੈਸਿਆਂ ਦਾ ਤਾਂ ਕੋਈ ਨਹੀਂ ਸਰਦਾ ਹੀ ਜਾਂਦਾ ਵਾ ਤੁਸੀਂ ਆਪਣਾ ਸਾਰੋ ਜਿਹੜਾ ਪੈਲੀ ਦਾ ਠੇਕਾ ਠੁੱਕਾ ਹੋਊਗਾ ਜਿੰਨਾ ਚਿਰ ਇਹਨਾਂ ਦੇ ਪੈਸੇ ਚੜ੍ਹੇ ਲੱਥ ਦੇਣੀ ਆ ਨਾ ਉਨਾ ਚਿਰ ਮੈਂ ਨਹੀਂ ਕੁਛ ਵੀ ਲੈਣਾ ਜਦੋਂ ਮੇਰੇ ਹਿੱਸੇ ਦਾ ਕਰਜ਼ਾ ਸਾਬ ਪੂਰਾ ਹੋ ਜਾਊਗਾ ਨਾ ਬਾਅਦ ਵਿੱਚ ਵੇਖਾਂਗੇ ਪੈਸੇ ਦੀ ਜਗ੍ਹਾ ਪੈਸੇ ਵਰਤਣੇ ਆ ਮੇਰੇ ਜੋਗਾ ਇੱਥੇ ਬਹੁਤ ਕੁਛ ਆ ਖਾਣੀ ਤਾਂ ਦੋ ਟਾਈਮ ਦੀ ਰੋਟੀ ਆ ਬਾਕੀ ਗੌਰਵ ਦੇ ਸਕੂਲ ਦਾ ਥੋੜ੍ਹਾ ਬਹੁਤਾ ਖਰਚਾ ਵਾ ਉਹ ਵੀਰ ਜੀ ਨੇ ਇੱਕੋ ਵਾਰੀ ਦੇ ਦਿੱਤਾ ਵਾ ਜੋ ਵੀ ਮੇਰਾ ਹਿੱਸਾ ਬਣੂਗਾ ਨਾ ਅਤੇ ਜੋ ਗੌਰਵ ਦੇ ਪਾਪਾ ਦੇ ਹਿੱਸੇ ਦੇ ਕਰਜ਼ਾ ਸੀ ਜਾਂ ਉਹਨਾਂ ਨੇ ਪੈਸੇ ਚੁੱਕੇ ਸੀ ਬਾਹਰ ਗਏ ਸੀ ਉਹਦੇ ਵਿੱਚ ਕੱਟ ਕਟਾਈ ਕਰ ਦਿਓ ਮੈਨੂੰ ਕੁਛ ਨਹੀਂ ਚਾਹੀਦਾ ਬਾਕੀ ਰਹੀ ਗੱਲ ਲੋੜ ਦੀ ਜਦੋਂ ਮੇਰਾ ਪੁੱਤ ਵੱਡਾ ਹੋਊਗਾ ਜਦੋਂ ਕਿਤੇ ਲੋੜ ਪਏਗੀ ਤਾਂ ਮੈਂ ਜ਼ਰੂਰ ਦੱਸੂੰਗੀ ਤੁਸੀਂ ਕੰਮ ਆਉਣਾ ਮੁੜ ਕੇ ਹੋਰ ਕਿੰਨੇ ਆਉਣਾ ਤਾਇਆ ਵਾ ਜਾਂ ਇੱਕ ਮਾਮਾ ਵਾ ਗੌਰਵ ਨੇ ਵੀ ਤਾਂ ਆਪਣਾ ਭਵਿੱਖ ਤੁਹਾਡੇ ਸਿਰ 'ਤੇ ਭਗਾਉਣਾ ਗੌਰਵ ਨੇ ਵੀ ਤਾਂ ਆਪਣਾ ਭਵਿੱਖ ਤੁਹਾਡੇ ਸਿਰ 'ਤੇ ਬਣਾਉਣਾ ਚਲੋ ਉਦੋਂ ਨੂੰ ਲੋੜ ਹੁੰਦੀ ਵੀ ਆ ਅਤੇ ਮੈਂ ਦੱਸ ਦੂੰਗੀ ਅਜੇ ਤਾਂ ਸਾਨੂੰ ਕੋਈ ਲੋੜ ਨਹੀਂ ਆ ਤੁਸੀਂ ਆਪਣਾ ਸਾਰੋ ਬਾਕੀ ਮੁੰਡੇ ਦੇ ਨਾਲ ਨਾ ਮੈਂ ਥੋੜ੍ਹੀ ਪੋਲਸੀ ਕਰਾਤੀ ਛੋਟੀ ਜੀ ਰਾਜਵੀਰ ਦੀ ਵੀ ਕਰਾਉਂਦਾ ਮੈਂ ਅਤੇ ਨਾਲ ਹੀ ਇਹਦੀ ਕਰਾ ਦਿਆ ਕਰੂੰਗਾ ਚਲੋ ਜਦੋਂ ਤਗੜਾ ਹੋਣਾ ਜਵਾਨ
100 खर्चे वध जाने ते अपने वरत रहणगे किते। मैं ते किसे नूं कमी नहीं रहण देणी जिन्ने जोगा हैगा। चलो छड्डो इन्हां गल्लां नूं, दीदी दा नूं जी कीता उहनूं आऊगी कहदण, बाकी घर वी ते पता किन्ने रहणा कोई जणे ने। हां जी इह तां है। प्रीत इदां कर, दविंदर नूं कह चाह बणाऊ घुट। कोई गल नहीं, मैं बना लैणी। जिन्ने वटे साडी भैण नूं रब ने लाए आ ना, बेचारी इन्ने जोगी है नहीं। आ 2 महीने ते उहदे घरों कदे पैर नहीं पाया, मैं बथेरा कहिंदा रहा उहदे जा उहदे, हुण माड़ा मोटा कितें जाण लगी आ। मुंडे दा दीप जिल आया उहदा ते चलो चल चुल जांदी आंढ गुआंढ, नहीं ते घरों नहीं पैर फुटदी, अंदरे बैठी रहिंदी घुम छुम। गल ते जो तेरी ठीक आ, पर रब दी कीती नूं कौन मोड़ सकदा। पर जो उहदे जाण पुछा पर जिहड़ी सानूं घाट पई आ ना, उह सानूं पता वीर जी हुंदा ही आ। वीर जी क्या करना फिर, जो रब दे मंजूर आ। चलो कोई गल नहीं। मगर फोन करके भी नहीं पुछिया, जे प्रीत ना नहीं तो मुंडे का फोन करके पुछदी चप्पा जिने का। दविंदर जी करदा मैनूं फिर ही आया बहु मैं, बाकी तेरी जनानी सुभाअ तैनूं पता ही आ। दविंदर मैं तेनूं किन्नी क्या, अपना दिमाग घट चलाया कर, जा चाह बना। वो कुड़ी की चाह बना के लिया। नहीं ये हम किधर आया वा, उदन देने आया कटता है जिदन सोचे मक्की कटी थी आ। नहीं उदन देने हाथ ही छोड़ गया, आज वो डाई जला बन गया आके पता लेना आया ना वा। नहीं होने के बाहर आकड़ी में मैंने कहा। और नहीं भाभी जी कहने गौरव ने मेरे जी करता ही बड़े दिन का गौरव नाल इन्हां दा प्यार बड़ा है, तां करके मिलन आए आ। बाकी रही गल हाथ जोड़न दी, भाभी जी उन्होंने साडा साथ देण विच कोई कसर नहीं छड्डी। गल वक्खरी आ कि दीदी ने गल ही इदां दी कर दित्ती कि ना मुड़ के मेरा इत्थे रहण नूं जी कीता ते ना भाजी रोक पाए, नहीं तां दीदी दी की जरूरत ही कि सानूं घरों जाण वास्ते कह दिंदी। इदां दीआं गल्लां तां नहीं ना सुनियां जांदियां। नहीं अंदर गल चलन रही ही, मेरी जी थोड़े जी पले पई है, आ ठेके की गल कर लिया, टाइम टू टाइम पहुंच जा करूंगा। पहला पैली बीजन नहीं देनी, पहला कहना ठेका आवे बाद च पैली बीजनी, एवं गुन्नी जी ना बन के रहा कर। मैं सीधी गल करा कर, जो इन्हें तेन उथे रखे नहीं तो तेरे की लगते हैं, आप चंगा बन गया ओनू माड़ी। तेनों नहीं पता दुनिया बड़ी अंतरी आ, ये दोवे एक ही हो, एक चंगा बनता तो दूजी नु बुरी बनाया हाँ है, ये कट्ठे ही आ। हूँ अपने वीर वेख ला ਕਿੱਦਾਂ ਮੇਰੇ ਨਾਲ ਪੈਂਦਾ, ਮਾੜੀ ਜੀ ਮੈਂ ਗਲਤ ਗੱਲ ਕਰ ਦਿੰਦੀ ਹਾਂ। ਨਹੀਂ ਜੇ ਚਾਹੁੰਦਾ ਕੀ ਜ਼ਰੂਰਤ ਇਹਦੀ ਜਨਾਨੀ ਦੀ ਤੈਨੂੰ ਘਰੋਂ ਜਾਣ ਵਾਸਤੇ ਕਹਿ ਦਿੰਦੀ, ਜੇ ਬੰਦੇ ਦਾ ਵਿੱਚ ਹੱਥ ਆ ਤਾਂ ਜਨਾਨੀ ਨੇ ਇੰਨੀ ਹਲਾਸੇਰੀ ਹੋਈ ਆ। ਆ ਚਾਹ ਲੈ ਕੇ ਜਾਣਾ ਨਾ ਮੁੜ ਤੂੰ, ਇੱਧਰ ਉੱਧਰ ਦੀਆਂ ਗੱਲਾਂ ਨਹੀਂ ਮੈਂ ਸੁਣਨੀਆਂ, ਸਿੱਧੀ ਗੱਲ ਉਹਨੂੰ ਕਿ ਮੈਨੂੰ ਮੇਰਾ ਹਿੱਸਾ ਚਾਹੀਦਾ ਵਾ। ਆ ਮੁੰਡੇ ਦੇ ਖਰਚੇ ਕਿੱਥੋਂ ਕਰਨੇ ਆ, ਖਰਚੇ ਤੇ ਮੇਰੇ ਰਾਜਵੀਰ ਦੇ ਨਹੀਂ ਪੂਰੇ ਹੋਣ ਡਏ, ਮੈਂ ਸਿੱਧੀ ਗੱਲ ਕਹਿਤੀ ਉਹ ਗੱਲ ਕਰਨੀ। ਕੀ ਗੱਲ ਹੋਈ ਹੈ, ਉਹ ਪ੍ਰਾਹੁਣੇ ਲਾਗੇ ਬੈਠਾ ਤੂੰ ਵਿਗਰੇ ਆਵਾਜ਼ ਮਾਰੀ ਇਹਨੂੰ। ਪ੍ਰਾਹੁਣੇ ਲਾਗੇ ਬੈਠਾ ਤਾਂ ਹੀ ਆਵਾਜ਼ ਮਾਰੀ, ਬਹਿ ਇੱਥੇ। ਕੀ ਹੈ? ਮੇਰੀ ਗੱਲ ਸੁਣ ਲਾ, ਅੱਜ ਤੱਕ ਸਾਰੀਆਂ ਤੁਹਾਡੀਆਂ ਮੈਂ ਮੰਨਦੀ ਆਈ ਹਾਂ, ਅਤੇ ਅੱਜ ਮੈਂ ਇੱਕ ਗੱਲ ਖੋਲ੍ਹਦੀ ਤੁਹਾਡੇ ਗਲੀ। ਆ ਜਿਹੜਾ ਆਇਆ ਵਾ ਨਾ ਇਹਨੂੰ ਸਿੱਧੀ ਸਿੱਧੀ ਗੱਲ ਕਹਿ ਦੇ, ਝੋਨੇ ਨਾ ਝੋਨਾ ਅਤੇ ਕਣਕ ਨਾ ਕਣਕ, ਅੱਧ ਪੂਰਾ ਇੱਥੇ ਆਉਣਾ ਚਾਹੀਦਾ ਵਾ। ਇਹ ਨਾ ਸਮਝੇ ਵੀ ਇਹ ਹੁਣ ਇੱਥੇ ਆ ਗਈ ਆ ਅਤੇ ਮੈਂ ਸਾਰਾ ਸਾਂਭ ਸੂਦ ਕੇ ਬਹਿ ਜਾਂ, ਇਹ ਮੁੰਡੇ ਦੇ ਖਰਚੇ ਕਿੱਥੋਂ ਕਰਨੇ ਆ, ਖਰਚੇ ਤਾਂ ਆਪਣੇ ਨਹੀਂ ਮਾਣ। ਜੇ ਇਹਨਾਂ ਨੂੰ ਥੋੜ੍ਹੀ ਜਿਹੀ ਢਿੱਲ ਦੇਤੀ ਨਾ ਇਹੋ ਜਿਹੇ ਜ਼ਮੀਨ 'ਤੇ ਕਬਜ਼ਾ ਕਰਕੇ ਬਹਿ ਜਾਂਦੇ ਹੁੰਦੇ ਆ, ਅਤੇ ਮੁੰਡੇ ਤੋਂ ਵੀ ਹਿੱਸਾ ਦੇਣ ਨੂੰ ਇਹਨਾਂ ਵਿੜਵਿੜ ਕਰਨਾ ਹੀ ਹੋ। ਇਹਨਾਂ ਨੂੰ ਥੋੜ੍ਹਾ ਜਿਹਾ ਖਿੱਚ ਕੇ ਰੱਖੋ, ਇਹਨਾਂ ਨੂੰ ਪਤਾ ਲੱਗ ਜੇ ਵੀ ਇੱਥੇ ਸਾਡੀ ਕੁੜੀ ਦਾ ਅੱਧ ਵਾ। ਦਵਿੰਦਰ ਹੌਲੀ ਬੋਲ, ਉਹ ਪ੍ਰਾਹੁਣਾ ਸੁਣ ਲੂਗਾ ਕੀ ਆਖੂਗਾ। ਕਿਹੜਾ ਪ੍ਰਾਹੁਣਾ, ਕੋਈ ਰਿਸ਼ਤਾ ਨਾਤਾ ਛੱਡਿਆ ਨਾ ਪ੍ਰਾਹੁਣੇ ਵਾਲਾ, ਕੋਈ ਪ੍ਰਾਹੁਣਾ ਨਹੀਂ ਆ ਉਹ। ਤੇਰੀ ਗੱਲ ਮੈਂ ਸਮਝਦਾ, ਤੇਰੀ ਗੱਲ ਨਾਲ ਸਹਿਮਤ ਆ, ਪਰ ਪ੍ਰੀਤ ਨੇ ਨਾ ਉਹਨੂੰ ਕਹਿਤਾ ਵਾ ਵੀ ਜਿਹੜਾ ਮੈਂ ਕਰਜ਼ਾ ਕੁਰਜ਼ਾ ਨਾ ਤੁਸੀਂ ਆਪਣਾ ਠੇਕੇ ਦਾ ਪੂਰਾ ਕਰਕੇ ਤੇ ਲਾ ਲਓ। ਉਹਨੇ ਕਹਿਤਾ ਵੀ ਮੈਂ ਕੋਈ ਪੈਸਾ ਨਹੀਂ ਲੈਣਾ, ਤੁਸੀਂ ਉਹ ਕਰਜ਼ਾ ਪੂਰਾ ਲਾਓ
ਤੇ ਜਦੋਂ ਮੇਰਾ ਪੁੱਤ ਤਾਂ ਆਊਗਾ ਮੈਂ ਪੈਸੇ ਲੈ ਲਿਆ ਕਰੂੰਗੀ। ਚੱਲ ਛੱਡ ਇਹ ਗੱਲ ਨੂੰ ਤੇ ਚਾਹ ਲਿਆ ਚਾਹ ਪੀਏ। ਸਹੀ ਕਹਿੰਦੀ ਸੀ ਪ੍ਰੀਤ ਦੀ ਜਠਾਣੀ, ਪੀਏ ਪਵਾੜੇ ਦੀ ਜਾੜ ਆ, ਆਪੇ ਮਹਾਨ ਬਣਦੀ ਆ ਦੂਜਿਆਂ ਨੂੰ ਬੁਰਿਆਂ ਬਣਾਉਂਦੀ ਆ, ਇਹਦੀ ਤੇ ਮੈਂ ਲੈਣੀ ਖਬਰ। ਮੇਰੀ ਚਾਹ ਇੱਦਾਂ ਤਾਂ ਚੰਗਾ ਜਿਹਾ ਵੀ ਨਹੀਂ ਲੱਗਦਾ, ਪਰ ਹੁਣ ਮੈਂ ਲਿਆ ਵੀ ਕੀ ਸਕਦੀ ਹਾਂ। ਘਰ ਕੁਛ ਹੋਇਆ ਤਾਂ ਦਵਿੰਦਰ ਨੇ ਫਿਰ ਬੁੜ ਬੁੜ ਕਰਨਾ ਉੱਦਾਂ ਨਹੀਂ ਦੇਣਾ। ਪ੍ਰੀਤ ਮੇਰੀ ਚਾਹ ਲੈ ਲਈ, ਕੋਈ ਖਾਣ ਨੂੰ ਲੈ ਆਉਣਾ ਨਾਲ। ਚੱਲ ਠੀਕ ਆ ਭਾਈ, ਕੋਈ ਗੱਲ ਨਹੀਂ। ਗੌਰਵ ਕਿੱਥੇ ਆ? ਗੌਰਵ ਬਿਜੀ ਲੱਗ ਗਏ, ਬਾਹਰ ਖੇਡਣ ਡਿਆ। ਚਲ ਗੁਰਨਾਮ ਸਿਆ, ਜੇ ਕੁੜੀਆਂ ਲੈ ਵੀ ਆਉਂਦੀ ਆ ਨਾ ਤੇ ਕੋਈ ਗੱਲ ਨੀ, ਇੱਕੋ ਗੱਲ ਵਾ, ਰਲ ਮਿਲ ਕੇ ਹੁਣ ਪਾਲਣਾ ਹੈਗਾ ਵਾ ਤੇ ਗੇੜਾ ਛੇੜਾ ਰੱਖਿਆ ਕਰੋ। ਗੁਰਨਾਮ ਸਿਆ, ਅੰਸਾ ਤੁਹਾਡੀ ਆ, ਆਉਂਦੇ ਨਾ ਖਾਊ ਪੀਊ ਹੋਊ ਮੋਟਾ, ਖਵਾਊ ਦਾਦੇ ਦਾ ਪੋਤਾ, ਤੇ ਕੋਈ ਗੱਲ ਨੀ, ਖਿਆਲ ਰੱਖਿਆ ਕਰੋ, ਆਇਆ ਜਾਇਆ ਕਰੋ। ਬਿਲਕੁਲ ਬੀਜੀ, ਆਪਾਂ ਤੁਹਾਡੇ ਨਾਲ ਹਾਂ, ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੇ ਤੁਸੀਂ ਮੈਨੂੰ ਦੱਸਣਾ। ਚਲੋ ਠੀਕ ਆ ਬੀਜੀ, ਠੀਕ ਆ ਭਾਜੀ, ਚਲੋ ਠੀਕ ਆ। ਮੰਮੀ ਜਦੋਂ ਫੇਰ ਵੱਡੇ ਪਾਪਾ ਆਉਣਗੇ ਨਾ, ਫੇਰ ਮੈਂ ਉਹਨਾਂ ਨਾਲ ਆਪਣੇ ਪਿੰਡ ਜਾਣਾ ਏ। ਆਉਣਗੇ ਨਾ ਤੇ ਮੈਂ ਉਹਨਾਂ ਨਾਲ ਆਪਣੇ ਪਿੰਡ ਜਾਣਾ ਈ। ਆਪਣਾ ਪਿੰਡ ਆਪਣਾ ਹੀ ਹੁੰਦਾ, ਬੜਾ ਹੋਰ ਤਰ੍ਹਾਂ ਹੋਇਆ ਵੀ ਇਹਨਾਂ ਵੀ ਜੀ ਕਰਦਾ ਹੋ ਮੈਂ ਉੱਥੇ ਜਾਵਾਂ ਉੱਥੇ ਰਵਾਂ, ਤੇ ਨਾਲੇ ਇਹਦਾ ਤੇ ਆਪਣੇ ਤਾਏ ਨਾਲ ਪਿਆਰ ਹੀ ਬੜਾ ਸੀ। ਬੱਚਿਆਂ ਵਿਚਾਰਿਆਂ ਨੂੰ ਕਾਹਦੀ ਸਜ਼ਾ ਵਾ, ਹੁਣ ਜਿੱਦਾਂ ਮਰਜ਼ੀ ਵੀ ਆ, ਮੁੰਡੇ ਦਾ ਇੱਥੇ ਮਨ ਲੱਗਾ ਨਹੀਂ ਕਿੰਨਾ ਚਿਰ, ਹੁਣ ਥੋੜ੍ਹਾ ਜਿਹਾ ਖੇਡਣ ਮਿਲਣ ਲੱਗਾ। ਨਹੀਂ ਤਾਏ ਦਾ ਤਾਂ ਬੜਾ ਪਿਆਰ ਸੀ, ਜੋ ਤਾਈ ਨਹੀਂ ਪੱਲੇ ਬੰਨਦੀ ਤਾਂ ਕਾਹਦਾ ਤੁਹਾਨੂੰ ਉੱਥੇ ਛੱਡ ਦਈਏ। ਵੇਖ ਹਾਂ ਮੁੰਡੇ ਨੂੰ ਚੜ੍ਹਾ ਕੇ ਅੱਧਾ ਘੰਟਾ ਇਹਨੇ ਮਾਂ ਦੇ ਕੋਲ ਬਹਿਣਾ ਵਾ, ਪਤਾ ਨਹੀਂ ਕੀ ਗੱਲਾਂ ਕਰਦੀ ਰਹਿੰਦੀਆਂ ਮੁੜ ਮੁੜ, ਸਾਰਾ ਦਿਨ ਇਹਨਾਂ ਦੀ ਇਹੀ ਨਹੀਂ ਮੁੱਕਦੀਆਂ। ਇਹਨੂੰ ਨਹੀਂ ਪਤਾ ਵੀ ਇਸ ਵੇਲੇ ਕੰਮ ਦਾ ਟਾਈਮ ਵੀ ਮੈਂ ਕੰਮ ਕਰ ਲਾਂ, ਮੁੜ ਕੇ ਸਾਰਾ ਦਿਨ ਜ਼ਰੂਰ ਲਿਆਉਣ ਲੱਗੀ ਰਹਿਣਾ ਵਾ, ਇਹ ਤਾਂ ਮੈਨੂੰ ਹੀ ਕਹਿਣਾ ਪੈਣਾ ਜੀ। ਜੇ ਉੱਥੇ ਤਾਂ ਉਹਨਾਂ ਨੇ ਗੋਹੇ ਕੂੜੇ 'ਚ ਰੋਲ ਦਿੱਤੀ, ਅਤੇ ਜੇ ਇੱਥੇ ਆ ਤਾਂ ਇਹ ਵੀ ਬਾਲਟਾ ਫੜਾ ਰੱਬਾ, ਇਹਨਾਂ ਕੰਮਾਂ 'ਚ ਧੀ ਕੋਈ ਪੁੱਤ ਆਵੇ ਹੀ ਨਾ, ਘਰ ਨਵਾਂ ਨੁਰਾ ਰਹਿੰਦਾ ਆਪਣੇ ਘਰ ਰਹਿੰਦੀ ਅਤੇ ਟੌਰ ਨਾ ਰਹਿੰਦੀ।
ਮੈਂ ਬੈਠੀ ਆ ਸਤਾਰ ਵੇਖਣ ਨੂੰ ਇਹਨਾਂ ਕੰਮਾਂ 'ਚ ਨਾ ਰੱਬ ਪਾਵੇ ਕਿਸੇ ਨੂੰ।